पहेलियों में गुजारा ही नहीं है, अभी तो ले वही रहे मैं कह हैं, रहा छुए इन्हें नहीं तो पड़ता, छू नहीं, क्योंकि इन्हें तो पढ़ता नहीं छुए नहीं खाता। ए फिर पड़ता, ओदे ये 25 है, अच्छा ये है, ए फिर 5 रुपए रहेगी बस। फुल 25% पानी नहीं पाऊंगे तो इसी तरह 25% पानी पाएगा वो उसे पा पाएगा। वो मैंने इस तरह जी ईव जो प्योर दूध है इस टाइम 85 ना वर बिल्कुल क्यों हर चीज की महंगाई हो रही है। मैं कनाडा रहना, कनाडा ਦੇ ਵਿੱਚ ਤੁਸੀਂ ਸਾਰੇ ਪਾਸੇ 1 ਡਾਲਰ ਤੋਂ ਘੱਟ ਦੁੱਧ ਦਾ ਰੇਟ ਦੁਨੀਆ 'ਚ ਤੇ 1 ਡਾਲਰ ਦਾ ਮਤਲਬ 60 ਰੁਪਏ 60 ਰੁਪਏ ਹੋ ਗਿਆ 60 ਰੁਪਏ ਅੱਜ ਇੱਥੇ ਉਹ ਚੰਡੀਗੜ੍ਹ ਦੇ ਚੌਦਾ ਦੁੱਧ ਦਾ ਪਾਣੀ ਉਹ ਪਾਉ ਹੀ ਪੈ ਰਿਹਾ ਹੁਣ ਜੇ 35 ਰੁਪਏ ਲੇਕਿਨ ਇੱਕ ਬਾਜੂ ਲਾ ਜੀ ਇਹ 70 ਰੁਪਏ ਪੈ ਰਿਹਾ ਜੋ ਮਾਰਾ ਦੁੱਧ ਰਹਿਣਾ ਹੀ ਰਹਾ ਨਾ ਇਹ 70 ਰੁਪਏ ਪੈ ਰਿਹਾ ਨਾ ਇਹ 70 ਰੁਪਏ ਪੈ ਰਹੇਗਾ ਨਾ 70 ਨਹੀਂ ਜੀ ਪੜਦਾ ਥੋੜਾ ਇਹ ਪੈਗਾ 35 ਤੇ 30% ਪਾਣੀ ਲਾਉਂਦਾ ਨਾ ਜੀ 30 ਤਾਂ 4 ਕਿਲੋ ਮਾ ਕਿਲੋ ਹੈ ਜੀ 25% ਦਾ 25% ਪਾਣੀ ਤੇ 35 ਦਾ 25% ਐਡ ਕਰ ਦੇ ਉਹ ਉਹਦੇ ਚ ਹੋ ਗਿਆ ਪਰ ਉਹਦੇ ਪਰ ਇਹ ਵੀ ਸਵੇਰ ਦਾ ਫਰੈਸ਼ ਹੁੰਦਾ ਨਾ ਨਹੀਂ ਇੱਕ ਬਾਤ ਹੋਰ ਵੀ ਤਾਂ ਹੈ ਜੀ ਹਾਂ ਇਹ ਮੰਨ ਲੈ ਥਾਰਾ ਪੈਕਟਾਂ ਵਾਲੀ ਲੈ ਰਹੇ ਹਾਂ ਜੋ ਗੋਮ ਆਜ ਇਕੱਠਾ ਹੋਇਆ ਹਾਂ ਠੀਕ ਹੈ ਜੀ ਉਹ 2-3 ਦਿਨਾਂ ਬਾਅਦ ਆਏਗਾ ਉਹ 3 ਦਿਨ ਬਾਅਦ ਆਏਗਾ ਮਹਾਰਾਜ ਸਵੇਰ ਦਾ ਚੋਇਆ ਵਾ ਆਈ ਵਾ ਯਾਰ ਤੇ ਕਿੰਨੇ ਗਾਹਕ ਨੇ ਤੁਹਾਡੇ ਮੇਰੇ ਪਾ ਜੀ ਮੇਰੇ ਪਾ 400 ਲੀਟਰ ਨਾ 400 ਲੀਟਰ 400 ਲੀਟਰ ਦੁੱਧ ਜਿਹੜਾ ਹੈ ਇਹ ਮਾਰਕੀਟ ਕਰ ਰਹੇ ਨੇ ਔਰ ਸਾਰੇ ਗਾਹਕ ਜਿਹੜੇ ਉਹ ਫਰੈਸ਼ ਮਿਲਕ ਲੈ ਕੇ ਉਹ ਸਮਝ ਰਹੇ ਪਰ ਉਹਨਾਂ ਨੂੰ ਇਹ 50 ਰੁਪਏ ਤੋਂ ਉੱਪਰ ਪੈ ਰਿਹਾ 50 ਤੋਂ ਉੱਪਰ ਤਾਂ ਪਏਗਾ ਹਾਂ ਜੀ ਬਿਲਕੁਲ ਕੋਈ 25% ਉਹਦਾ ਐਡ ਕਰ ਲਓ ਕਾਸਟ ਤੇ ਪਰ ਇਹ ਵੀ ਪਾਣੀ ਜਿਹੜਾ ਹੈ ਹੁਣ ਪਾਣੀ ਤੇ ਚਲੋ ਆਪਾਂ ਕਹੀ ਜਾ ਕੇ ਪਾ ਲੈਣੇ ਆਂ ਤੇ ਬੱਚੇ ਜਿਹੜਾ ਹੁਣ ਪੂਰੀ ਫੈਟ ਵਾਲਾ ਤਾਂ ਬੱਚੇ ਪਹਿਣਗੇ 10 ਲੱਗ ਜਾਣਗੇ ਉਹਨਾਂ ਨੂੰ ਨਹੀਂ ਨਹੀਂ ਅੱਜ 10 ਤੋਂ ਨਹੀਂ ਲੱਗਦੇ ਨਹੀਂ ਚਲੋ 25% ਪਾਣੀ ਤੇ ਚਲੋ ਪਾਣਾ ਪਾਣੀ ਦਾ ਪਾਲ ਲਾ ਕੇ ਨਹੀਂ ਛੱਪੜ ਵਾਲਾ ਨਹੀਂ ਪਾਣਾ ਚਾਹੀਦਾ ਆਪਾਂ ਵਰਜਿਸ਼ ਨਹੀਂ ਕਰਦੇ ਨਾ ਜਦ ਵਰਜਿਸ਼ ਨਹੀਂ ਕਰਦੇ ਤਾਂ ਨੈਚੁਰਲੀ ਪਾਣੀ ਦਾ ਪਾਲ ਨਾਲ ਕੇ ਵਾਲਾ ਪਾਲ ਵਾ ਕੋਈ ਆ ਇੱਕ ਬੰਦਾ ਉਹ 7 ਲੀਟਰ ਦੁੱਧ ਲੈਂਦਾ ਉਹ ਦੁੱਧ ਵਾਲਾ ਮੈਨੂੰ ਕਹਿੰਦਾ ਜੇ ਕਿ ਮੈਂ ਇਹਨਾਂ ਨੂੰ ਕਹਾਂ ਵੀ ਤੁਸੀਂ ਤਾਂ 4 ਲੀਟਰ ਦੁੱਧ ਲੈ ਲਓ ਫਿਰ ਮੈਂ ਕਹਿੰਦਾ ਯਾਰ ਸਾਡੇ ਸਾਰੇ ਬੰਦਾ ਰੌਲਾ ਪੈ ਜਾਣਗੇ ਜੇ 4 ਲੀਟਰ ਦੁੱਧ ਹੀ ਲੈਂਦੇ ਕਹਿੰਦਾ 7 ਲੀਟਰ ਹੀ ਦੇ